वाहगुरु जी की फतेह। सारे वीर भैन भरावां भाई सत श्री अकाल, नमस्कार सारे नूं। भाई जी अज आप जिथे आए जिहड़े फार्म ते आए आ, ये मेरा रिश्तेदार भी है मुंडा, तो मेरा दोस्त भी है। ये मेरा भांजा मुंडा एकम सिंह है, यदा ना पिंड है मल्लूवाने, मल्लूवाने महाराज, मल्लूवाने कोठे वजदे आ। इहनू भी तीन चार साल हो गए मुंडे नूं गाईआं रखदे नूं। आपां कह दिंदे ना घरां दे विच एच एफ गाई कामयाब नहीं जां होर, यह मुंडे ने एच एफ गाई रखियां हुई सारियां, वधिया ब्रीड तैयार करी हुई है घरे आपदे, वधिया ब्रीडिंग करके चंगा दुध लै रहा। एवरेज इहदे फार्म दी 30 दी रही है एवरेज, हुण तां ड्राई आ गावां इहदियां, ਤਾਂ ਕਰਕੇ ਮੈਂ ਤੁਹਾਨੂੰ ਦਿਖਾਉਣ ਆਇਆ ਲੈ ਵੀ ਕਿਵੇਂ ਸਾਂਭਦੇ ਆ, ਕਿਵੇਂ ਇਹ ਰੱਖ ਰਖਾ ਕਰਦੇ ਗਾਈਆਂ ਦਾ। ਆਪਾਂ ਵੈਸੇ ਊਂ ਆਪਾਂ ਜੇ ਕੰਮ ਸਟਾਰਟ ਕਰਨਾ ਹੋਵੇ ਨਵੇਂ ਬੰਦੇ ਨੇ, ਕਿਸੇ ਨੇ ਇੱਕ ਗਾਂ ਤੋਂ ਨਹੀਂ ਕੰਮ ਲੋਟ ਆਉਂਦਾ, ਆਪਾਂ ਨੂੰ ਕਮ ਸੇ ਕਮ ਐਂ ਕੋਸ਼ਿਸ਼ ਹੋਵੇ 4 to 5 ਗਾਵਾਂ ਆਪਣੇ ਰੱਖੀਆਂ ਹੋਣੀਆਂ ਚਾਹੀਦੀਆਂ। 4-5 ਗਾਵਾਂ ਹੋਣਗੀਆਂ ਤਾਂ ਆਪਣਾ ਦੁੱਧ ਦਾ ਸਰਕਲ ਵੀ ਵਧੀਆ ਬਣਿਆ ਰਹਿੰਦਾ ਗਾ, ਅਤੇ ਆਪਣਾ ਕੰਮ ਵੀ ਠੀਕ ਰਹਿੰਦਾ ਗਾ, ਇੰਟਰਸਟ ਵੀ ਬਣਿਆ। ਜੇ ਇੱਕ ਗਾਂ ਹੋਵੇ, ਇੱਕ ਹੀ ਡਰਾਈ ਹੋ ਜਾਵੇ, ਫਿਰ ਆਪਾਂ ਨੂੰ ਔਖਾ ਹੋ ਜਾਂਦਾ। ਜਾਂ ਜੇ ਆਪਾਂ ਜ਼ਿਆਦਾਤਰ ਆਪਣੇ ਕੋਲ ਬੱਚੀਆਂ ਪਾ ਲੈਂਦਾ, ਕਈ ਕਹਿੰਦੇ ਅਸੀਂ ਬੱਚੀਆਂ ਰੱਖ ਲਾਂਗੇ, ਉਹਨਾਂ ਕੋਲ ਦੁੱਧ ਨਹੀਂ ਹੁੰਦਾ ਇਕੱਲਾ, ਫਿਰ ਉਹਨਾਂ ਦਾ ਖਰਚਾ ਆਉਂਦਾ ਸਾਂਭ ਸੰਭਾਈ, ਅਤੇ ਫਿਰ ਔਖਾ ਹੋ ਜਾਂਦਾ। ਹੁਣ ਆਪਾਂ ਬਣਾਉਣੇ ਆ ਮੁੰਡਾ ਏ ਕੰਮ, ਆ ਜਾ ਬਈ, ਇਹ ਆ ਮੁੰਡਾ ਏ ਕੰਮ ਜਿਹਨੇ ਡੈਰੀ ਫਾਰਮ ਦਾ ਕੰਮ ਸ਼ੁਰੂ ਕਰਾਇਆ ਹੋਇਆ, 4-5 ਸਾਲ ਹੋ ਗਏ। ਇਹਦੇ ਨਾਲ ਆਪਾਂ ਗੱਲ ਵੀ ਕਰਾਉਣੇ ਆ, ਪੁੱਛਾਂਗੇ ਵੀ ਕਿਹੜਾ ਕਿਹੜਾ ਸੀਮਨ ਲਾਉਣਾ, ਕਿ ਵਧੀਆ ਸਾਇਲੇਜ ਵਗੈਰਾ ਵਧੀਆ ਸਾਂਭ ਕੇ ਰੱਖਦੇ ਆ ਐਨੀਮਲ। ਹੁਣ ਤੂੰ ਇਹ ਕੰਮ ਐਂ ਦੱਸ ਸਾਨੂੰ ਵੀ ਕਿੰਨਾ ਚਿਰ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਗਾਈਆਂ ਦਾ? ਗਾਈਆਂ ਦਾ ਕੰਮ ਕਰਦੇ ਨੂੰ ਬਈ ਮੈਨੂੰ 5-6 ਸਾਲ ਹੋ ਗਏ ਜੀ। ਅਤੇ ਪਹਿਲਾਂ ਮੰਨ ਲਾ ਵੀ ਕੰਮ ਜਿਵੇਂ ਆਪਾਂ ਟੀਕੇ ਭਰਾਈ ਜਾਂਦੇ ਹਾਂ, ਉਵੇਂ ਟੀਕੇ ਭਰਾਈ ਜਾਂਦੇ ਸੀਗੇ ਵੀ 5-6 ਸਾਲਾਂ ਤੋਂ ਮੰਨ ਲਾ ਵੀ ਜਦੋਂ ਦੇ ਮੇਲੇ ਮੁਲੇ ਜੇ ਲੱਗਣ ਲੱਗਿਆ, ਜਾਂ ਆਪਾਂ ਇਹਨਾਂ ਨਾਲ ਜੁੜਿਆ ਸੀ, ਸਾਡਾ ਮੇਰੇ ਮਾਮਾ ਜੀ ਲੱਗਦੇ, ਸਾਡੇ ਰਿਸ਼ਤੇਦਾਰ ਵੀ, ਜਦੋਂ ਅਸੀਂ ਇਹਨਾਂ ਨਾਲ ਜੁੜੇ ਹਾਂ, ਉਦੋਂ ਬਾਅਦ ਸਾਨੂੰ ਸੀਮਨ ਦਾ ਪਤਾ ਲੱਗਿਆ, PDFA ਦਾ ਪਤਾ ਲੱਗਿਆ ਵੀ ਕੀ PDFA ਦੇ ਕੀ ਮੈਨੇਜਮੈਂਟ ਹੁੰਦਾ, ਇਹਨਾਂ ਦਾ ਕੀ ਰੱਖ ਰਖਾਅ ਹੁੰਦਾ। ਇਹੀ ਗੱਲ ਆ, ਜਿਵੇਂ ਹੁਣ ਮੈਂ ਇਹਦੀ ਗੱਲ ਰੋਕਦਾ, ਇਹੀ ਗੱਲ ਆ ਵੀ ਹੁਣ ਜੇ ਆਪਾਂ ਇੱਕ ਦੂਜੇ ਨਾਲ ਜੁੜਦੇ ਹਾਂ, ਜੇ ਇੱਕ ਦੂਜੇ ਨੂੰ ਆਪਾਂ ਦੱਸਦੇ ਹਾਂ ਵੀ ਭਾਈ ਇਹ ਕੰਮ ਇਸ ਤਰ੍ਹਾਂ ਵੀ ਐਂ ਕਰੋ, ਤਾਂ ਹੀ ਬੰਦਾ ਕਾਮਯਾਬ ਹੁੰਦਾ ਗਾ। ਜੇ ਆਪਾਂ ਘਰੇ ਮੈਂ ਆਪਦਾ ਕੰਮ ਕਰੀ ਜਾਵਾਂ, ਇਹ ਆਪਦਾ ਕੰਮ ਕਰੀ ਜਾਵੇ, ਇੱਕ ਦੂਜੇ ਨਾਲ ਡਿਸਕਸ ਹੀ ਨਹੀਂ ਕਰਾਂਗੇ, ਰਾਏ ਨਹੀਂ ਕਰਾਂਗੇ। ਜੇ ਵੀ ਤੁਹਾਡੇ ਕੋਈ ਨੇੜੇ ਫਾਰਮ ਆ, ਕੋਈ ਕਾਮਯਾਬ ਫਾਰਮ ਆ, ਉਹਦੇ ਨਾਲ ਡਿਸਕਸ ਕਰਕੇ ਉਹਦੀ ਰਾਏ ਨਾਲ ਚੱਲ ਕੇ ਕੰਮ ਕਰੋ। ਮਿਹਨਤ ਤਾਂ ਇਹ ਨਹੀਂ ਕਰਨੀ ਆ, ਮਿਹਨਤ ਤਾਂ ਇਹ ਕੰਮ ਨਹੀਂ ਕਰੀ ਆ ਸਾਰੀ। ਹੁਣ ਇਹ ਗਾਈਆਂ ਹੈਗੀਆਂ, ਹੁਣ ਇਹਦੇ ਕੋਲ ਕਿੰਨੀਆਂ ਗਾਵਾਂ ਵੀ ਤੇਰੇ ਕੋਲ? ਹੁਣ ਹੁਣ ਮੇਰੇ ਕੋਲ 8-10 ਪਸ਼ੂ ਹੋਏ ਜੀ ਸਾਰੇ ਟੋਟਲ ਨਗ, ਤੇ ਮੰਨ ਲਾ ਵੀ ਜਿਹੜੇ ਗਾਈਆਂ ਆਪਣੇ ਕੋਲ 30+ ਗਾਈਆਂ ਨੇ, ਜਿੰਨੀਆਂ ਦੁੱਧ ਵਾਲੀਆਂ, ਇਹ ਕਿ 3 ਕ ਵੇਚਤੀਆਂ ਸੀ ਵਿੱਚੋਂ, ਤੇ ਬਾਕੀ ਉਹ ਬਹਿੜਾ ਤਿਆਰ ਆ, ਸਾਰਿਆਂ 9ਵੇਂ ਤੇ 10ਵੇਂ ਮਹੀਨੇ ਸੂਣ ਵਾਲਾ ਡਰਾਈ ਆ, ਇਕੱਲੀ ਆਹ ਦੁੱਧ ਦਿੰਦੀ ਆ, ਤੇ ਇਹ ਵੀ 4 ਮਹੀਨੇ ਦੀ ਗੱਭਣ ਆ। ਹੁਣ ਇਹਨੂੰ ਪੁੱਛਦੇ ਆ ਵੀ ਆਪਾਂ ਕਿਹੜੇ ਕਿਹੜੇ ਸੀਮਨ ਦੀਆਂ ਗਾਵਾਂ ਇਹਦੇ ਕੋਲ, ਨਾ ਗਾਵਾਂ ਦਿਖਾਉਣੇ ਤੁਹਾਨੂੰ, ਇਹਦੇ ਬਾਰੇ ਦੱਸ ਵੀ ਰਹੇ ਕਿਹੜੇ ਸੀ, ਆ ਦਿਖਾ ਨੇੜੇ ਆ ਕੇ ਗਾਂ ਦਿਖਾਣੇ, ਕਿਹੜੇ ਸੀਮਨ ਦੀ ਹੈ ਇਹ ਗਾਂ? ਇਹ 3 ਸੂ ਹੈ ਜੀ, ਇਹ ਵਰਲਡ ਵਾਈਡ ਦੇ ਇੰਪ੍ਰੈਸ਼ਨ ਦੀ ਹੈ। ਇਹ ਇੰਪ੍ਰੈਸ਼ਨ ਦਾ ਟੀਕਾ ਲਾਇਆ ਜੀ, ਇਹ 800-900 ਦਾ ਟੀਕਾ ਆਉਂਦਾ ਜੀ ਜਦੋਂ ਇਹਦੇ ਟੀਕਾ ਲਾਇਆ ਇਹਦੀ ਮਾਂ ਦੇ। ਇਹਦੀ ਮਾਂ ਤਾਂ ਹੁਣ ਇਹਨਾਂ ਨੇ ਸੇਲ ਕਰਤੀ ਸੀ, ਕਿੰਨਾ ਦੁੱਧ ਸੀ? ਇਹ 30 ਕਿਲੋ ਦੁੱਧ ਦਿੱਤਾ ਜੀ ਇਹਨੇ। ਇਹਨੇ ਹੁਣ ਇਹ ਫਸਟ ਲੈਕਟੇਸ਼ਨ ਪਹਿਲੇ ਸੂਏ ਸੂਈ ਸੀ, ਇਹਨੇ ਪਹਿਲੇ ਸੂਏ 30 ਲੀਟਰ ਦੁੱਧ ਕੱਢਿਆ ਜੀ ਇਹਨੇ। ਹੁਣ ਦੁਬਾਰੇ ਇਹ ਗੱਭਣਾ, ਇਹ ਦੁਬਾਰੇ ਸੂਣ ਵਾਲੀ ਹੈ। ਇਹਦੀ ਹਾਈਟ ਦੇਖੋ, ਇੰਪ੍ਰੈਸ਼ਨ ਦਾ ਵਰਲਡ ਵਾਈਡ ਦੇ ਸੀਮਨ ਦੀ ਹੈ। ਆਹ ਦੇਖੋ ਲੈਂਸ ਬਾਰਾ ਇਹਨਾਂ, ਆ ਜਾ ਇੱਧਰ ਆ ਜਾਓ। ਹੁਣ ਵੀ ਇਹ ਡਰਾਈ, ਬਸ ਹੁਣ ਇਹ ਡਰਾਈ ਦੇ ਨੇੜੇ ਹੀ ਆ, ਥੋੜ੍ਹੇ ਚਿਰ ਨੂੰ ਡਰਾਈ ਕਰ ਦੇਣੀ ਆ ਇਹ। ਅਤੇ ਆਰਡਰ ਦੇਖੋ, ਆਰਡਰ ਦੀ ਕੁਆਲਿਟੀ ਆਇਆ ਵੀ ਬੜਾ ਲਮਕਵਾਂ ਨਹੀਂ, ਆਰਡਰ ਚਾਹੀਦਾ ਲੰਮਾ ਆਰਡਰ, ਉੱਥੇ ਪ੍ਰੋਬਲਮ ਆਉਂਦੀ ਹੈ। ਇਹਦੀ ਹਾਈਟ ਬਹੁਤ ਵਧੀਆ ਜੀ। ਅਤੇ ਇਹ ਕਿਹੜੇ ਸੀਮਨ ਦੀ ਹੈ ਵੀਰੇ? ਇਹ ABS ਦਾ ਚੈਂਪੀਅਨ ਸੀ, ਇਹ ABS ਦਾ ਜਿਹੜਾ ਚੈਂਪੀਅਨ, ਇਹ ਚੈਂਪੀਅਨ ਦੀ ਹੈ। ਚੈਂਪੀਅਨ ਟੀਕਾ ਉਹ ਆ ਜਿਹੜੀ PDFA ਦੇ ਫਸਟ ਆਈ ਸੀ ਗਾਂ, ਉਹ ਸੀਮਨ ਦੀ ਆ, ਉਹਦਾ ਸੀਮਨ ਤਿਆਰ ਕਰਿਆ ਸੀ, ਹੁਣ ਡਰਾਈ ਕਰੀ ਆ ਇਹ। ਇਹਨੇ ਵੀ 30 ਲੀਟਰ+ 30+ ਦੁੱਧ ਕੱਢਿਆ ਉਸ ਅੱਜ ਰਸੋਈ ਹੋਈ ਸੀ। ਇਹ ਵੀ ਸੀਮਨ ਬਹੁਤ ਵਧੀਆ ਚੈਂਪੀਅਨ ਦਾ ਹੈ, ਜੈਨੂਅਨ। ਇਹਦਾ ਰੇਟ ਨਹੀਂ ਜ਼ਿਆਦਾ ਹੈ, ਵਰਲਡ ਵਾਈਡ ਦਾ ਥੋੜ੍ਹਾ ਰੇਟ ਜ਼ਿਆਦਾ ਆ। ਜੇ ਆਪਾਂ ਇਹ ਰੇਟ, ਇਹ ਟੀਕੇ ਵੀ ਲਾਉਣੇ ਆ ABS ਦਾ, ਬਹੁਤ ਵਧੀਆ ਸੀਮਨ ਆ ਇਹ। ਅਤੇ ਆਹ ਇੱਧਰਲੇ ਪਾਸੇ ਆ ਜਾਓ, ਇਹ ਹੁਣ ਕਿਹੜੇ ਸੂਏ ਸੂਣਾ ਵੀਰੇ? ਇਸ ਨੇ ਇਹਨੇ 6 ਦੰਦ, ਇਹ 3 ਸੂਏ ਸੂਪੂ ਜੀ, 6 ਦੰਦ। ਹੁਣ ਇਹ 3 ਸੂਏ ਸੂਣਾ, 6 ਦੰਦ ਹੀ ਹੈ, ਹੁਣ 6 ਦੰਦ ਚੱਕਿਆ ਇਹਨੀ ਛੋਟੀ 2 ਮਹੀਨੇ। ਹਾਂ, ਇਹ ਮਤਲਬ 2 ਸਾਲ ਦੀ ਸੂਪੀ ਸੀ। ਹਾਂ, 2 ਸਾਲ ਖੀਰੀ ਸੂਪੀ ਸੀ। ਹਾਂ, ਖੀਰੀ ਸੂਪੀ ਸੀ ਇਹ ਬੈਡ। ਆਹ ਇਹ ਕੰਮ ਜਿਹੜੀ ਇਹ ਗਾਂ ਜੀ, ਇਹ ਕਿਨਵੇਂ ਸੂਏ ਆ ਗਾਂ? ਇਹ ਵੀ 3 ਸੂਆ ਸੂ ਜੀ ਆ ਜੀ। ਠੀਕ ਆ, ਇਹ ਕਿਹੜੇ ਸੀਮਨ ਦੀ ਆ? ਇਹ ਵੀ ABS ਦੇ ਸੀਮਨ ਦੇ ਸੀਗੀ, ਇੱਕ ABS ਦਾ ਸੀਮਨ ਆਉਂਦਾ ਸੀਗਾ ਜੀ ਪਹਿਲਾਂ, ਮਨੀ ਮੇਕਰ। ਅੱਛਾ, ਹਾਂ ਮਨੀ ਮੇਕਰ, ਇਹ ਮਨੀ ਮੇਕਰ ਸੀਮਨ ਦੀ ਆ, ਇਹ ਜੈਨੋਮੈਕਸ।
ਸੀਗਾ ਇਹ ਵੀ 10000 ਪਲੱਸ ਆ ਜਨਮ ਕੇ ਇਹ ਵੀ 30 ਲੀਟਰ ਦੁੱਧ ਦਿੱਤਾ ਜੀ ਇਹ ਵੀ 30 ਲੀਟਰ ਦੁੱਧ ਕੱਢਿਆ ਇਹ ਵੀ ਗਾਂ ਬਹੁਤ ਵਧੀਆ ਹੁਣ ਮੈਂ ਤੁਹਾਨੂੰ ਇਹ ਗੱਲ ਤਾਂ ਕਹਿਣਾ ਲਵੀ 30-30 ਲੀਟਰ ਵਾਲੀਆਂ ਗਾਵਾਂ ਰੱਖਦੇ ਆ ਤਾਂ ਚਾਰ ਜਦੋਂ ਇਹ ਸੱਜਰ ਸੁਣੀਆਂ ਸਾਰੀਆਂ ਕਿੰਨੇ ਪੈਸੇ ਬਚਦੇ ਆ ਬਾਈ ਉਦੋਂ ਦੁੱਧ ਸਹੀ ਦੀ ਮੰਨ ਲਓ ਹੁਣ ਤਾਂ ਜੀ ਆਪਾਂ ਜੇ 2 ਮਹੀਨੇ ਕੋਲੋਂ ਖਵਾ ਦਾਂਗੇ ਹੁਣ ਅਸੀਂ ਫੁੱਲ ਫੀਡ ਪਾਉਣੇ ਨੂੰ ਟ੍ਰਾਂਜੈਕਸ਼ਨ ਚੱਲ ਦੇ ਕਿਤੇ ਡਰਾਈ ਕਾਉ ਚੱਲਦੀ ਆ ਤੇ ਉਦੋਂ ਮਤਲਬ ਪੂਰਾ ਇੱਕ ਹਫ਼ਤਾ ਜੇ ਆਪਾਂ ਫੁੱਲ ਤੇ ਖਰਚਾ ਕਰਕੇ ਇੱਕ ਹਫ਼ਤਾ ਫੁੱਲ ਛੱਡਦੇ ਬਿਨਾਂ ਕਦੋਂ 20 ਦਾ ਪਾ ਦੇ ਇੱਕ ਹਫ਼ਤੇ ਦਾ ਤੇ 20000 ਰੁਪਏ ਛੱਡਣਗੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਹਫਤਾ 15 ਦਿਨਾਂ ਦੇ ਵਿੱਚ ਹਫਤੇ ਦੇ ਪੈਸੇ ਇਹ ਛੱਡ ਦਿੰਦੇ ਆ ਆਪਾਂ ਨੂੰ ਜੇ 1 ਮਹੀਨੇ ਦੇ ਵਿੱਚ 15 ਦਿਨ ਦਾ ਖਾਂਦੇ ਆ ਤਾਂ 15 ਦਿਨਾਂ ਦੇ ਸਾਰੇ ਪੈਸੇ ਆਪਣੇ ਕੋਲੇ ਵੱਜ ਜਾਂਦੇ ਆ ਖਰਚਾ ਕੱਢਣ ਤੋਂ ਬਾਅਦ ਤੇ ਜਿਹੜੀ ਇਹ ਬੱਚੀ ਆ ਵੀ ਇਹਦੀ ਬੱਚੀ ਆ ਜੀ ਇਹ ਪਹਿਲਾਂ ਇਹ ਆ ਗਾਣੇ ਕਿਹੜੇ ਸੀਮਨ ਦੀ ਆ ਇਹ 40 120 ਦੀ ਆ ਜੀ ਆ ਦੇਖੋ ਕਿੰਨੇ ਦਿਨ ਦੀ ਹੋ ਗਈ ਇਹ 1 ਸਾਲ ਦੀ ਹੋ ਗਈ ਜੀ ਪੂਰੀ ਇਹ ਬੱਚੀ ਦੇਖੋ ਜੀ 1 ਸਾਲ ਦੀ ਬੱਚੀ ਆ ਕਿੰਨੀ ਹਾਈਟ ਵਧੀਆ ਕਰੀ ਆ ਕਿੰਨੀ ਇਹ ਬੱਚੀ ਆ ਜਿਹੜੀ ਇਹ 40 120 ਇਹਨੂੰ ਲੱਤਾਂ ਤੋਂ ਸਾਰ ਨੂੰ ਖਾ ਲੈ ਕਰਦਾ गबन भी हो गई कराती सी गबन बैंड सिंह की थोड़ी जी मैथों की कमी रहेगी असि दवाई लाई से एक ट्यूब आ डी हॉर्न मारे कि आप वीडियो फेर करांगे ਉਹ ਟਿਊਬ 2-3 ਦਿਨਾਂ ਇਹ ਲੱਗਦੀ ਆ ਇਧਰ ਤਾਂ ਪ੍ਰੋਪਰ ਲੱਗ ਗਈ ਇਧਰ ਲੱਗੀ ਨਹੀਂ ਪ੍ਰੋਪਰ ਇਹਦਾ ਕਰਕੇ ਅੱਧਾ ਥੋੜਾ ਸਿੰਗ ਆ ਗਿਆ ਸੀ ਇਹਦਾ ਇਹ ਕਿਹੜੇ ਸੀਮਨ ਦੀ ਆ ਇਹ ਨੈਬਰ ਦੀ ਇਹਦੀ ਮਾਂ ਡਾਊਨ ਜੋਨ ਦੀ ਇਹਦੀ ਜਿਹੜੀ ਮਾਂ ਸੀ ਉਹ ਸਰਕਾਰੀ ਇੰਪੋਰਟਡ ਟੀਕਾ ਡਾਊਨ ਜੋਨ ਉਹਦੀ ਸੀਗੀ ਉਹ ਵੇਚਦੀ ਸੀ ਉਹ ਇਹਨਾਂ ਨੇ ਸੇਲ ਕਰਤੀ ਉਹ ਮੰਨ ਲਾ ਮੇਰੇ ਫਾਰਮ ਤੋਂ ਹੀ ਆਈ ਸੀ ਨਾ ਉਹ ਤੁਹਾਡੇ ਫਾਰਮ ਤੋਂ ਆਈ ਉਹ ਮੇਰੇ ਫਾਰਮ ਤੋਂ ਉਹਦੀ ਉਹ ਜੋੜੀਆਂ ਸੀਗੀਆਂ ਦੋ ਇੱਕ ਮੇਰੇ ਕੋਲੇ ਹੈਗੀ ਆ ਉਹ ਜਿਹੜੀ ਮੇਰੇ ਕੋਲੇ ਹੁਣ ਹੈਗੀ ਆ ਉਹ ਡਾਊਨ ਜਾਉਣ ਦੀ 30 ਪਲੱਸ ਦੁੱਧ ਦੇ ਰਹੀ ਆ ਮੇਰੇ ਕੋਲੇ ਉਹ ਇਹਦੀ ਭੈਣ ਸੀ ਸਕੀ ਜੀ ਉਹ ਮਾਂ ਤੇ ਇਹ ਬੱਚੀ ਹੈਗੀ ਆ ਐਂਡੈਵਰ ਏਬੀਐਸ ਦਾ ਸੀਮਣਾ ਦੇਖੋ ਇਹ ਗੱਬਣ ਆਈ ਹੈ ਸੂਣ ਵਾਲੀ ਹੈ ਇਹਦੇ 3 ਮਹੀਨੇ ਵਾਂਗੂ ਰਹਿੰਦੇ ਆ ਜਦੋਂ ਸੂਪੀ ਦੇਖਿਓ ਦੁੱਧ ਕਿੰਨਾ ਤੁਹਾਨੂੰ ਉਦੋਂ ਵੀਡੀਓ ਬਣਾ ਕੇ ਦੱਸਾਂਗੇ ਕਿੰਨਾ ਦੁੱਧ ਕੱਢ ਰਹੀ ਹੈ ਇਹ ਪਹਿਲ ਫਸਟ ਲੈਕਟੇਸ਼ਨ ਖੀਰੀਆਂ ਜੀ ਤੁੰਨੇ ਹਾਂ ਇਹ ਖੀਰੀ ਆ ਹਜੇ ਨਾ ਇਹ ਇਹ ਵੀ ਖੀਰੀ ਬੈੜ ਆ ਇਹ ਕਿਹੜੇ ਸੀਮਨ ਦੀ ਹੈ ਜੀ ਇਹ ਸਟ੍ਰਾਈਕਰ ਦੀ ਹੈ ਜੀ ਇਹ ਸਟ੍ਰਾਈਕਰ ਆ ਏਬੀਐਸ ਦਾ ਇੰਪੋਰਟਡ ਆ ਜਿਹਨੂੰ ਆਪਾਂ 5 ਸਟਾਰ ਦਿੰਨੇ ਆ ਬਹੁਤ ਟੌਪ ਦਾ ਟੀਕਾ ਹੈਗਾ ਤੇ ਇਹ ਬਿਮਾਰ ਹੋ ਗਈ ਸੀ 2 ਦਿਨ ਹੁਣ ਤਾਂ ਠੀਕ ਆ ਇਹ ਇਹਨੂੰ ਬੁਖਾਰ ਚੜਦਾ ਇਹ 3-4 ਦਿਨ ਹੁਣ ਕਵਰ ਕਰ ਗਈ ਇਹ ਬਹੁਤ ਵਧੀਆ ਹੈ ਬੈਂਡ ਇਹਦਾ ਇੰਟੇਕ ਘਟ ਗਿਆ ਸੀ ਹੁਣ ਪ੍ਰੋਪਰ ਠੀਕ ਹੋਈ ਹੈ ਇਹ ਤੇ ਇੱਕ ਮੱਝ ਵੀ ਲੱਗਦਾ ਹੁੰਦਾ ਨਾਲ ਇਹ ਵੀ ਰਾਇਤ ਕਰੇ ਝੋਟੀ ਰੱਖੀ ਹੋਈ ਆ ਪਹਿਲੀ ਝੋਟੀ ਹੈ ਇਹ ਪਹਿਲੀ ਕਿਹੜੇ ਸੀਮਨ ਦੀ ਝੋਟੀ ਹੈ ਇਹ 29 ਦੀ 1 ਮਹੀਨਾ ਹੋ ਗਿਆ ਇਹ 29 ਜਿਹੜਾ ਹਿਸਾਰ ਦਾ ਸੀਮਨ ਉਹਦੀ ਝੋਟੀ ਹੈ ਜੀ 1 ਮਹੀਨਾ ਰਹਿ ਗਿਆ ਇਹਦੇ ਸੂਨ ਦਾ ਦੇਖੋ ਇਹਦਾ ਕਿੰਨਾ ਸੋਹਣਾ ਆਰਡਰ ਹੈ ਝੋਟੀ ਦਾ ਇਹਦੇ ਸੀਮਨ ਕਿਹੜਾ ਲੱਗਿਆ ਹੋਇਆ ਇਹਦੇ 1470 ਦਾ ਲੱਗਿਆ ਇਹਦੇ 1470 ਦਾ ਸੀਮਨ ਲੱਗਿਆ ਹੋਇਆ ਜੀ ਇਹਦਾ ਵੀ ਦੱਸਾਂਗੇ ਤੁਹਾਨੂੰ ਜਦੋਂ ਸੋਫੀ ਦੇ ਕਿੰਨੀ ਮਿਲਕਿੰਗ ਦਿੰਦੀ ਹੈ 29 ਦੀ ਹੈ ਇਹ ਮੇਬੀ ਇਹਦੇ ਬਾਰੇ ਇਹਦੀ ਮਾਂ ਥੱਲੇ ਵੀ ਰਿਕਾਰਡ ਬਹੁਤ ਸੀਗਾ ਜੀ ਇਹਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਹੁਣ ਇਹ ਵੀਰ ਇਹ ਕੰਮ ਆਏ ਕੰਮ ਨੇ ਕੰਮ ਸ਼ੁਰੂ ਕਰਿਆ ਸੀ ਇਹ ਮਸ਼ੀਨ ਇਹਨੇ ਹੁਣ ਲਵਾਈ ਆ ਕਿਦੋਂ ਲਵਾਈ ਆ ਇਸ ਸਾਲ ਨਾ ਸਾਲ ਚ ਲਵਾਈ ਇਸ ਸਾਲ ਇਹਨੇ ਮਸ਼ੀਨ ਮਿਲਕਿੰਗ ਵਾਲੀ ਮਸ਼ੀਨ ਉਹ ਲਵਾਈ ਆ ਦਿਖਾ ਦਿੰਦੇ ਤੁਹਾਨੂੰ ਆ ਮਿਲਕਿੰਗ ਵਾਲੀ ਮਸ਼ੀਨ ਇਸ ਸਾਲ ਲਵਾਈ ਆ 38 ਧਾਰਾਂ ਚ ਆਉਂਦਾ ਸੀਗਾ ਇਦੋਂ ਪਹਿਲਾਂ ਇਹਦੇ ਕੋਲ ਐਨੀਮਲ ਵੱਧ ਜਾਂਦੇ ਸੀ ਸੇਲ ਕਰਨ ਦਾ ਹੀ ਕਿਉਂ ਜਗ੍ਹਾ ਦੇ ਹਿਸਾਬ ਨਾਲ ਅਕੋਰਡਿੰਗ ਟੂ ਇਹ ਹਜੇ ਇੰਨੇ ਪਸ਼ੂ ਰੱਖਦੇ ਇਸ ਤੋਂ ਬਾਅਦ ਜਦੋਂ ਹੌਲੀ ਹੌਲੀ ਵਧਾਉਣਾ ਹੋਇਆ ਵਧਾ ਦੂ ਕਾਫੀ ਐਨੀਮਲ ਸੇਲ ਕਰਤੇ ਨੇ ਉਹਨਾਂ ਦਾ ਸਾਲ 3-4 ਐਨੀਮਲ ਦਾ ਸੇਲ ਕਰ ਹੀ ਦਿੰਦੇ ਹੋ 3-4 ਕਰ ਦਿੰਦੇ ਆ ਹਰ ਸਾਲ ਇਹ 3-4 ਐਨੀਮਲ ਸੇਲ ਕਰਦੇ ਆ ਉਹਦੇ ਅਕੋਰਡਿੰਗ ਹੁਣ ਬਾਕੀ ਇਹ ਸਾਈਲੇਜ ਵੀ ਪਾਇਆ ਹੁੰਦਾ ਸਰ 4 ਬਿਨਾ ਤਾਂ ਬਚਦੀਆਂ ਨਹੀਂ ਜੀ ਗਾਇਆਂ ਹਾਂ ਇਹ 4 ਵੀ 2-3 ਸਾਲ ਹੋ ਗਏ ਹਰ ਸਾਲ ਸਾਈਲੇਜ ਪਾਉਂਦੇ ਆ ਹੁਣ ਇਹ ਕਿ ਮੈਨੂੰ ਐਂ ਦੱਸ ਲੈ ਵੀ ਕਿੰਨੀ ਕੁ ਇਨਵੈਸਟਮੈਂਟ ਕਰੀ ਸੀ ਤੂੰ ਇਹਦੇ ਤੇ ਇਨਵੈਸਟਮੈਂਟ ਤਾਂ ਪਹਿਲਾਂ ਹੀ ਬਸ ਇਹਦੇ ਮੰਨ ਲਓ ਵੀ ਹੋਈ ਸੀਗਾ ਚਾਰ ਤੇ ਫੀਡਿੰਗ ਤੇ ਇੱਕ ਆਪਣਾ ਕਰਿਆ ਜੇ ਕੋਈ ਆਪਾਂ ਬੜਾ ਨਹੀਂ ਵਧਾਇਆ ਕੰਮ ਗਾਹਾਂ ਪਹਿਲਾਂ ਇਹਨਾਂ ਕੋਲੇ ਜਿੰਨੇ ਕ ਆਪਦੇ ਪਸ਼ੂ ਹੁੰਦੇ ਸੀ ਉਹਨੇ ਕ ਰੱਖਦੇ ਸੀ ਉਹਨਾਂ ਪਸ਼ੂਆਂ ਨੂੰ ਵੇਚ ਪੂਚ ਕੇ ਵਿੱਚ ਪਸ਼ੂ ਲਈ ਗਏ ਆ ਇਹ ਜਿਵੇਂ ਆਪਾਂ ਨੂੰ ਉਦੋਂ ਇੰਨੀ ਨੌਲੇਜ ਨਹੀਂ ਸੀ ਜਿਵੇਂ ਇਹਨਾਂ ਦਾ ਸਾਡੇ ਨਾਲ ਵਾਹ ਪਿਆ ਜਾਊਂ ਜਿਵੇਂ ਜਿਵੇਂ ਆਪਾਂ ਇੱਕ ਜੂਨ ਦੱਸਦੇ ਆ ਫਿਰ ਪਤਾ ਲੱਗਦਾ ਵੀ ਆਪਾਂ ਇਸ ਤਰ੍ਹਾਂ ਦੇ ਪਸ਼ੂ ਰੱਖਣੇ ਆ ਉਹ ਪੁਰਾਣੇ ਇਹਨਾਂ ਨੇ ਐਨੀਮਲ ਆਪਣੇ ਕੱਢਤੇ ਜਿਵੇਂ ਮੱਝਾਂ ਜਾਲੇ ਸੀਗੀਆਂ ਜਾਂ ਪੁਰਾਣੀਆਂ ਗਾਵਾਂ ਮਾੜੀਆਂ ਸੀ ਉਹ ਸੇਲ ਕਰਕੇ ਇਹਨਾਂ ਨੇ 1-2 ਰੱਖੀਆਂ ਫਿਰ ਉਸ ਤੋਂ ਬਾਅਦ ਆਪਦੀ ਬਰੀਡ ਤਿਆਰ ਕਰਕੇ ਸਾਰੀ ਆਪਦੇ ਘਰ ਦੀ ਬਰੀਡ ਦੀਆਂ ਬੱਚੀਆਂ ਇਹ ਆਪਾਂ ਜਦੋਂ ਨਵਾਂ ਕੰਮ ਸ਼ੁਰੂ ਕਰਦੇ ਆ ਉਦੋਂ ਤਾਂ ਮਾੜੀ ਮੋਟੀ ਦਿੱਕਤ ਆਉਂਦੀ ਹੈ ਦਿੱਕਤ ਆਪਾਂ ਨੂੰ ਆਈ ਸੀਗੀ ਉਹ ਸਾਲ ਜਿਹੜੇ ਸਾਲ ਆਪਣੇ ਗਾਈਆਂ ਨੇ ਫਲ ਸੱਟਤਾ ਸੀਗਾ ਜੀ ਹਾਂ ਇਹਦੇ ਕੋਲੇ ਗਾਈਆਂ ਨੂੰ ਪ੍ਰੋਬਲਮ ਆ ਵੀ 2-3 ਗਾਵਾਂ ਬੱਚੇ ਸੱਟ ਗਈਆਂ ਸੀ ਉਦੋਂ ਅਸੀਂ ਟੈਸਟ ਵੀ ਕਰਾਇਆ ਸੀ ਬਰਸੂਲਾ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਮਾੜੀ ਹੁਣ ਸਾਰੀਆਂ ਗਾਵਾਂ ਦਾ ਬਰਸੂਲਾ ਟੈਸਟ ਕਰਾਇਆ ਹੋਇਆ ਹੁਣ ਵੈਕਸੀਨ ਵੀ ਹਰ ਸਾਲ ਇਹ
ਤਿੰਨ ਤੋਂ ਅੱਠ ਮਹੀਨੇ ਦੀ ਆਪ ਵੀ ਲਾ ਲੈਂਦਾ ਮੁੰਡਾ ਇਹ ਵੈਕਸੀਨ ਤੇ ਵੀ ਇਹ ਉਹ ਕਰਦੇ ਆ ਮੇਰਾ ਤਾਂ ਕਹਿਣਾ ਮਤਲਬ ਇਹ ਵੀਡੀਓ ਬਣਾਉਣ ਦਾ ਇਹੀ ਸੀ ਲੈ ਵੀ ਆਪਾਂ ਕਹਿ ਦਿੰਦੇ ਆ ਲੈ ਬਾਈ ਘਰ ਦੇ ਵਿੱਚ ਐਚਐਫ ਰੱਖਣੀ ਬਹੁਤ ਔਖੀ ਹੈ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਸਾਂਭਣ ਦੇ ਘਰੇ ਹਾਂ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਦਿੱਕਤ ਨਹੀਂ ਹੈ ਮੱਝਾਂ ਸਮਾਂ ਦੀ ਪਹਿਲੀ ਕੱਟੀ ਰੱਖੀ ਹੈ ਮੱਝਾਂ ਪਹਿਲਾਂ ਸਾਨੂੰ ਔਖਾ ਕਰਦੀਆਂ ਸੀਗੀਆਂ ਜੀ ਟਾਈਮ ਤੇ ਨਹੀਂ ਮਿਲਣਾ ਜਾਂ ਹੋਰ ਕੁਝ ਇਹ ਕਦੋਂ ਮਰਜ਼ੀ ਜੋ ਕਦੋਂ ਮਰਜ਼ੀ ਦੁੱਧ ਵੱਧਦਾ ਨਾਲੇ ਤਾਂ ਤੇ ਨਾਲੇ ਆਪਣਾ ਆਮਦਨ ਇਹਨਾਂ ਦੀ ਦੁੱਗਣੀ ਹੈ ਜੀ ਜੇ ਆਪਾਂ ਸਾਲ ਦੀ ਐਵਰੇਜ ਕੱਢਾਂਗੇ ਮੱਝਾਂ ਨੂੰ ਤਾਂ ਬਾਹਲਾ ਮੂਹਰੇ ਹੈ ਗੰਜ ਪੀਰ ਦਾ ਕਹਿਣ ਦਾ ਮਤਲਬ ਆ ਵੀ ਚਾਹੇ ਕਦੋਂ ਮਰਜ਼ੀ ਦੀ ਧਾਰ ਕੱਢ ਲਓ ਮੱਝਾਂ ਦੇ ਵਿੱਚ ਸਾਨੂੰ ਦਿੱਕਤ ਬਹੁਤ ਆਉਂਦੀ ਸੀ ਜੇ ਆਪਾਂ ਸਾਲ ਦੀ ਆਮਦਨ ਕੱਢਦਾ ਹੈ ਤਾਂ ਦੁੱਗਣੀ ਨਿਕਲਦੀ ਹੈ ਗਾਵਾਂ ਦੀ ਆਮਦਨ ਤੇ ਹੁਣ ਘਰੇ ਕੋਈ ਰਿਸ਼ਤੇਦਾਰ ਆ ਦੁੱਧ ਮੁੱਕਿਆ ਹੋਵੇ ਤਾਂ ਕਦੋਂ ਮਰਜ਼ੀ ਐਚਐਫ ਗਾਂ ਹੋਵੇ ਆਪਣੇ ਘੜੀ ਤਾਂ ਚਾਹ ਬਣਾ ਲੈਂਦੇ ਆਪਾਂ ਕਿਉਂਕਿ ਕੋਈ ਦਿੱਕਤ ਨਹੀਂ ਆਉਂਦੀ ਇਹ ਚੀਜ਼ ਦੀ ਬਾਕੀ ਜੇ ਆਪਾਂ ਨਵਾਂ ਕੰਮ ਸ਼ੁਰੂ ਕਰ ਲਿਆ ਦੋ ਚਾਰ ਸਾਲ ਆਪਾਂ ਮੁੱਲ ਲਈਆਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਹੋ ਜਿਹੀਆਂ ਗਾਵਾਂ ਲੈਣੀਆਂ ਆਪਾਂ ਉਦੋਂ ਬਾਅਦ ਉਹਦੀ ਬਰੀਡ ਤੇ ਜ਼ਰੂਰ ਕੰਮ ਕਰੋ ਜੇ ਆਪਾਂ ਉਹਦੀ ਬਰੀਡਿੰਗ ਤੇ ਨਹੀਂ ਕੰਮ ਕਰਦੇ ਇਕੱਲਾ ਫੀਡ ਤੇ ਮੈਨੇਜਮੈਂਟ ਕਰੀ ਜਾਂਦੇ ਫਿਰ ਵੀ ਆਪਣਾ ਫਾਰਮ ਪਿੱਛੇ ਰਹਿ ਜਾਂਦਾ ਉਹਦੇ ਹਿਸਾਬ ਨਾਲ ਜੇ ਆਪਾਂ ਉਹਨੂੰ ਚੰਗੇ ਸੀਮਨ ਲਾਵਾਂਗੇ ਚੰਗੇ ਟੀਕੇ ਲਾਵਾਂਗੇ ਤਾਂ ਹੀ ਦੁੱਧ ਵੱਧ ਹੋਊਗਾ ਇਹਦੇ ਫਾਰਮ ਦੇ ਵਿੱਚ ਮੈਨੂੰ ਪਤਾ ਜਿਹੜੀਆਂ ਇਹ 30-30 ਕਿਲੋ ਦਿੰਦੀਆਂ ਜੇ ਇਹ ਕਿਵੇਂ ਖੁੱਲਾ ਛੱਡ ਲੈ ਤੂੰ ਇਹਨਾਂ ਨੂੰ ਤੇ ਮੇਰੇ ਹਿਸਾਬ ਨਾਲ ਇਹ 5-10 ਕਿਲੋ ਦੁੱਧ ਹੋਰ ਵੱਧ ਜਾਣਾ ਫਰਕ ਪਊਗਾ ਕਿ ਨਹੀਂ ਫਰਕ ਤਾਂ ਪਊਗਾ ਜੀ ਪਾਣੀ ਪੂਣੀ ਦਾ ਵੀ ਫਿਰ ਫਰਕ ਪੈ ਜਾਂਦਾ ਹੈ ਲੱਗਦਾ ਮੇਰਾ ਭਾਂਜਾ ਇਹ ਮੈਂ 2-3 ਵਾਰ ਇਹਨੂੰ ਰਾਇ ਵੀ ਦਿੱਤੀ ਆ ਮੈਂ ਕਿਹਾ ਤੂੰ ਖੁੱਲੀਆਂ ਛੱਡ ਲਾ ਨਾ ਤਾਂ ਇਹਨੂੰ ਹੁਣ ਖੋਲ ਕੇ ਪਾਣੀ ਪਿਉਣਾ ਪੈਂਦਾ ਕਿੱਥੇ ਜਦੋਂ ਦਿਲ ਕਰੂ ਉਦੋਂ ਆਪਦੀ ਮਰਜ਼ੀ ਨਾਲ ਪਾਣੀ ਪੀਣੀ ਹੈ ਇਹ ਹੁਣ ਇਹਦੀਆਂ ਬੰਦੀਆਂ ਹੁੰਦੀਆਂ ਹੈਗੀਆਂ ਨਹੀਂ ਅੰਦਰ ਬਣਾਉਂਦਾ ਉੱਪਰ ਵੀ ਬਣਾਇਆ ਹੋਇਆ ਇਹਦਾ ਸ਼ੈੱਡ ਉਹਦੇ ਵਿੱਚ ਬੰਨ ਕੇ ਰੱਖਦੇ ਆ ਦਿਨੇ ਉੱਥੇ ਕੌਣ ਠੰਡਾ ਰਹਿੰਦਾ ਥੋੜ੍ਹਾ ਜਿਹਾ ਪਰ ਜਦੋਂ ਇੱਧਰ ਪੱਠੇ ਪਾਉਣੇ ਹੁੰਦੇ ਫਿਰ ਇੱਧਰ ਬੰਨ ਦਿੰਦੇ ਰਾਤ ਨੂੰ ਫਿਰ ਉੱਥੇ ਬੰਨ ਦੇਣਗੇ ਬਾਕੀ ਹੋਰ ਕੋਈ ਦਿੱਕਤ ਆਉਂਦੀ ਹੋਵੇ ਇਹਨਾਂ ਨੂੰ ਸਾਂਭਣ ਨੂੰ ਕੋਈ ਪ੍ਰੋਬਲਮ ਆਉਂਦੀ ਹੋਵੇ ਜਾਂ ਕੋਈ ਤੁਹਾਨੂੰ ਐਂ ਲੱਗਦਾ ਹੋਵੇ ਭਾਈ ਰੱਖਣੀਆਂ ਨਹੀਂ ਚਾਹੀਦੀਆਂ ਜਾਂ ਕੋਈ ਰਾਇਆ ਦੇ ਇਹ ਇੱਕ ਇਹਨਾਂ ਕੋਲ ਨੈਸਲੇ ਦੀ ਏਜੰਸੀ ਵੀ ਹੈ ਵੀਰ ਦੁੱਧ ਵੀ ਇਹ ਕਲੈਕਟ ਕਰਦੇ ਪਿੰਡ 'ਚੋਂ ਇਹਨਾਂ ਨੂੰ ਤਾਂ ਜੇ ਵੱਧ ਤੋਂ ਵੱਧ ਰੱਖਣਗੇ ਤਾਂ ਹੀ ਵੱਧ ਤੋਂ ਵੱਧ ਜੇ ਲੋਕ ਵੱਧ ਤੋਂ ਵੱਧ ਇਹ ਕੰਮ ਨਾਲ ਜੁੜਨਗੇ ਨਾ ਇਹ ਤਾਂ ਦੁੱਧ ਪਾਉਣਗੇ ਨਾ ਉਹਨਾਂ ਨੂੰ ਇਨਕਮ ਨਾ ਗਾਹਾਂ ਜਿਹੜੇ ਕੰਮ ਕਰਦੇ ਮੁੰਡੇ ਉਹਨਾਂ ਨੂੰ ਇਨਕਮ ਹੋ ਜੂਗੀ ਦਿੱਕਤ ਤਾਂ ਇਹਨਾਂ 'ਚ ਕੋਈ ਨਹੀਂ ਜੀ ਰੱਖਣ 'ਚ ਬਸ ਇਹਨਾਂ ਦਾ ਥੋੜ੍ਹਾ ਜਿਹਾ ਮੱਝਾਂ ਨਾਲੋਂ ਮੰਨ ਲਾ ਵੀ ਐਂ ਨਹੀਂ ਆਪਾਂ ਵੀ ਇਕੱਲੀ ਲੇਟੀ ਤੀ ਛਾਰ ਲਾਂਗੇ ਜਾਂ ਇਹਨਾਂ ਨੂੰ ਇਕੱਲੀ ਉਹ ਕਰ ਲਾਂਗੇ ਫੀਡ ਇਹਨਾਂ ਨੂੰ ਪ੍ਰੋਪਰ ਚਾਹੀਦੀ ਆ ਵੀ ਪੂਰੀ ਜਾਣੀ ਕਿ ਆਪਾਂ ਕਹਿੰਦੇ ਸੰਤਾਲਾਂ ਨੂੰ ਫੀਡ ਚਾਹੀਦੀ ਆ ਵੀ ਨਾ ਤਾਂ ਕੋਈ ਜ਼ਿਆਦਾ ਆਪਾਂ ਇਹਨੂੰ ਪ੍ਰੋਟੀਨ ਦੇ ਸਕਦੇ ਨਾ ਜ਼ਿਆਦਾ ਆਪਾਂ ਇਹਨੂੰ ਐਨਰਜੀ ਦੇ ਸਕਦੇ ਇਹਨਾਂ ਦਾ ਹਾਂ ਫੀਡ ਦਾ ਮੈਨੇਜਮੈਂਟ ਤੇ ਆਪਦਾ ਰੱਖ ਰਖਾ ਇਹਨਾਂ ਨੂੰ ਵੀ ਪਾਣੀ ਪੂਣੀ ਦਾ ਵੀ ਵਾਹਵਾ ਵਾਲੀ ਦਿਖਾ ਦਿਓ ਤੇ ਥੋੜ੍ਹੇ ਵੱਧੇ ਭਾਲ ਦਿਆ 2 ਮਹੀਨੇ ਸੌਣ ਤੇ ਭਾਦੋ ਜਿਹਨੂੰ ਆਪਾਂ ਕਹਿੰਦੇ ਇੱਥੇ ਥੋੜ੍ਹਾ ਜਿਹਾ ਵੱਧ ਬੁਖਾਰ ਬਖੂਰ ਹੁੰਦਾ ਹੋਰ ਇਹ ਕੋਈ ਦਿੱਕਤ ਨਹੀਂ ਆਉਂਦੀ ਹੁਣ ਸਾਰਾ ਸਿਆਲ ਜਦੋਂ ਤੇਰੇ ਕੋਲ ਸੂ ਪੈਣੀ ਆ ਦੁੱਧ ਵਧੀਆ ਰਹੂ ਹਾਂਜੀ ਆਹ ਬੰਦਾ ਜਿਹੜੇ ਬੰਨ ਕੇ ਸਵਾਉਣਗਾ ਉਹ 10ਵੇਂ ਮਹੀਨੇ 'ਚ ਹੀ ਸਵਾਲੇ ਗਾਈਆਂ ਇਹਨਾਂ ਦਾ ਕਹਿਣ ਦਾ ਮਤਲਬ ਆ ਜੇ ਆਪਾਂ ਇਹ ਆਈ ਆਪਾਂ ਇਹਨਾਂ ਦੇ ਟੀਕਾ ਭਰਾਵਾਂਗੇ 1 ਜਨਵਰੀ ਦੇ ਵਿੱਚ 1 ਜਨਵਰੀ ਤੋਂ ਬਾਅਦ ਜਾਂ ਦਸੰਬਰ ਦੇ ਐਂਡ ਤੇ ਫਿਰ ਆ ਕੇ ਇਹ ਸਿਆਲ ਦੇ ਵਿੱਚ ਆਉਂਦੀਆਂ ਗੀਆਂ ਫਿਰ ਇਹ ਆਪਾਂ ਨੂੰ ਦੁੱਧ ਪੂਰਾ ਦੇਣਗੀਆਂ ਜਦੋਂ ਇਹ ਸੂਣ ਤੇ ਕਰੰਟ ਤੇ ਲੰਮਾ ਟਾਈਮ ਦੁੱਧ ਦਿੰਦੀਆਂ ਗੀਆਂ ਤੇ ਬਾਕੀ ਜਿਹੜਾ ਇਹ ਫੀਡ ਦਾ ਸਿਸਟਮ ਇਹ ਕਹਿ ਰਹੇ ਆ ਮੈਨੇਜਮੈਂਟ ਪ੍ਰੋਪਰ ਫੀਡਿੰਗ ਆਉਣੀ ਚਾਹੀਦੀ ਹੈ ਜੇ ਮੱਝ ਹੋਊ ਤਾਂ ਮੱਝ ਦਾ ਆਪਾਂ ਖਲ ਵੀ ਪਾ ਲਾਂਗੇ ਉਹਨੂੰ ਦਾਣਾ ਪਾ ਲਾਂਗੇ ਤਾਂ ਵੀ ਆਪਣੇ ਕੋਲ ਦੁੱਧ ਦਿੰਦੀਆਂ ਰਹਿੰਦੀਆਂ ਪਰ ਇਹਦੇ ਵਿੱਚ ਇਹ ਫੀਡ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਮੈਨੇਜਮੈਂਟ ਪ੍ਰੋਪਰ ਵਧੀਆ ਫੀਡ ਪਾਉਣੀ ਚਾਹੀਦੀ ਹੈ ਜੇ ਆਪਾਂ ਵਧੀਆ ਫੀਡ ਨਹੀਂ ਪਾਉਂਦੇ ਨਾ ਤਾਂ ਆਪਣੇ ਐਨੀਮਲ ਗਾਹਾਂ ਰਹਿਣ 'ਚ ਦਿੱਕਤ ਆਉਂਦੀ ਆ ਇਹ ਵੀਰ ਜੀ ਨੂੰ ਪੁੱਛਾਂਗੇ ਹੁਣ ਏਕਮ ਨੂੰ ਆਪਾਂ ਲਈ ਭਾਈ ਤੁਸੀਂ ਕਿਹੜੀ ਫੀਡ ਯੂਜ਼ ਕਰਦੇ ਹੋ ਇਹਨਾਂ ਤੋਂ ਜਾਣਕਾਰੀ ਲੈ ਲਿਆ ਕਿਉਂ ਜਿਵੇਂ ਜਿਵੇਂ ਇਹਨਾਂ ਨੇ ਕੰਮ ਸਟੈਂਡ ਕੀਤਾ ਬਹੁਤ ਵਧੀਆ ਗਾਵਾਂ ਬਹੁਤ ਵਧੀਆ ਕੰਮ ਸਟੈਂਡ ਕੀਤਾ ਉਸ ਹਿਸਾਬ ਨਾਲ ਵੀਰੇ ਐਂ ਦੱਸੋ ਵੀ ਤੁਸੀਂ ਕਿਹੜੀ ਫੀਡ ਯੂਜ਼ ਕਰਦਾ ਉਹਦੇ ਫਾਰਮ 'ਤੇ ਅਸੀਂ ਸਪੀਡ ਯੂਜ਼ ਕਰਦੇ ਹਾਂ ਜੀ ਅਸੀਸ ਆਉਂਦੀ ਆ ਆਪਣੇ ਕੋਲ ਏਜੰਸੀ ਆ ਜਾਣੀ ਕਿ ਆਪਾਂ ਦੁੱਧ ਇੱਥੇ ਪਾ ਕੇ ਜਾਂਦੇ ਹਾਂ ਅਤੇ ਆਪਣੇ ਵਾਹਵਾ ਘਰਾਂ 'ਚ ਵੀ ਅਸੀਸ ਹੀ ਲੱਗਦੀ ਇੱਥੇ ਅਤੇ ਸਾਨੂੰ ਕੋਈ ਰਹਿਣ ਦੇ ਵਿੱਚ ਨਹੀਂ ਦਿੱਕਤ ਆਉਂਦੀ ਅਤੇ ਵੀ ਮੰਨ ਲਾ ਵੀ ਜੇਰ ਜ਼ੋਰ ਵੀ ਪ੍ਰੋਪਰ ਪੈ ਜਾਂਦੀ ਜਿਵੇਂ ਆਪਾਂ ਦੁੱਧ ਵਾਲੇ ਨੂੰ ਅੱਡ ਛੱਡੀਆਂ ਨੂੰ ਪਾਉਣਾ ਬੱਸੀਆਂ ਨੂੰ ਅੱਡ ਪਾਉਣਾ ਜੀ ਅਤੇ ਅਸੀਂ ਅਸੀਸ ਹੀ ਯੂਜ਼ ਕਰਦੇ ਹਾਂ ਜਿਸ ਦਿਨ ਹੁਣ ਬਾਕੀ ਅਸੀਸ ਦਾ ਦੁੱਧ ਵਗੈਰਾ ਵਧੀਆ ਕੋਈ ਐਂ ਦੁੱਧ ਵਗੈਰਾ ਵਧੀਆ ਜੀ ਅਸੀਸ ਨਾਲ ਕੋਈ ਵੀਰ ਜੀ ਅਸੀਸ ਫੀਡ ਯੂਜ਼ ਕਰਦੇ ਆ ਇਹ ਆਪਦੇ ਫਾਰਮ ਦੇ ਉੱਤੇ ਇਹਨਾਂ ਕੋਲ ਏਜੰਸੀ ਵੀ ਹੈ ਨੈਸਲੇ ਦੀ ਨੈਸਲੇ ਦੁੱਧ ਵੀ ਕਲੈਕਸ਼ਨ ਕਰਦੀ ਆ ਨੈਸਲੇ ਵੀ ਅਸੀਸ ਫੀਡ ਨੂੰ ਰਿਕਮੈਂਡ ਕਰਦੀ ਆ ਕਿਉਂ ਉਹਦੇ ਚੁੱਲੀ ਵਗੈਰਾ ਨਹੀਂ ਹੁੰਦੀ ਤਾਂ ਕਰਕੇ ਇਹ ਫੀਡ ਦੇ ਰਿਜ਼ਲਟ ਬਹੁਤ ਵਧੀਆ ਮੈਂ 1-2 ਫਾਰਮ ਦੇ ਪਹਿਲਾਂ ਵੀ ਤੁਹਾਨੂੰ ਇੱਕ ਫਾਰਮ 'ਤੇ ਲੈ ਕੇ ਗਿਆ ਸੀਗਾ ਜਸਪ੍ਰੀਤ ਦੇ ਫਾਰਮ 'ਤੇ ਉੱਥੇ ਵੀ ਅਸੀਸ ਫੀਡ ਯੂਜ਼ ਕਰਦੇ ਸੀਗੇ ਅਤੇ ਉਹਦੇ ਨਾਲ ਇਹਨਾਂ ਦੇ ਤੁਸੀਂ ਬੋਡੀ ਸਕੋਰ ਦੇਖ ਸਕਦੇ ਹੋ ਸਾਰੇ ਐਨੀਮਲਾਂ ਦਾ ਕੋਈ ਲਿੱਸਾ ਨਹੀਂ ਹੈਗਾ ਗਾ ਹੁਣ 30-30 ਕਿਲੋ ਦੁੱਧ ਦਿੰਦੇ ਆ ਹੁਣ ਐਨੀਮਲ ਲਿੱਸੇ ਹੋ ਜਾਂਦੇ ਆ ਅਤੇ ਜੇ ਵਧੀਆ ਫੀਡ ਇਹ ਵਧੀਆ ਮੈਨੇਜਮੈਂਟ ਕਰਦੇ ਆ ਤਾਂ ਕਰਕੇ ਇਹਨਾਂ ਦੇ ਐਨੀਮਲ ਦੇ ਬੋਡੀ ਸਕੋਰ ਬਹੁਤ ਵਧੀਆ ਬਹੁਤ ਫਿੱਟ ਆ ਬਾਕੀ ਰਹੀ ਗੱਲ ਇੱਕ ਜਦੋਂ ਅਸੀਂ ਐਂਟਰ ਕਰਿਆ ਘਰ ਦੇ ਮੂਹਰੇ ਉਹ ਦੇਖੋ ਜੀ ਉੱਥੇ ਕਲੀ ਪਾਈ ਹੋਈ ਆ ਗੇਟ ਦੇ ਉੱਤੇ ਇਹਨਾਂ ਨੂੰ ਪਤਾ ਗੱਲ ਵੀ ਮੂੰਹ ਖੁਰ ਦੀ ਬਿਮਾਰੀ ਇਹ ਚੱਲੀ ਜਾਂਦੀ ਆ
ਜਦੋਂ ਬੈਕ ਪੇਨ ਮੰਨਦਾ ਵੀ ਸਾਲ ਚ ਦੋ ਵਾਰੀ ਹੁੰਦੀ ਹੈ ਦੋ ਵਾਰੀ ਕਰਾਉਣੇ ਆ ਜੇ ਨਹੀਂ ਵੀ ਸਾਡੇ ਵੈਟਰਨਰੀ ਡਾਕਟਰ ਆਉਂਦਾ ਅਸੀਂ ਜਾਂ ਤਾਂ ਤੁਹਾਡੇ ਥਰੂ ਲੈ ਲੈਂਦੇ ਹੁੰਦੇ ਜੀ ਠੀਕ ਹੈ ਜੀ ਜਦੋਂ ਆਪਾਂ ਕਈ ਵੈਕਸੀਨ ਕਰਦੇ ਆ ਜਾਂ ਫਿਰ ਕੋਈ ਪ੍ਰਾਈਵੇਟ ਮੰਗਾ ਲੈਂਦੇ ਆ ਕਿਸੇ ਤੋਂ ਦੇਖੋ ਵੀਰੇ ਹੁਣ ਬੜਾ ਨੁਕਸਾਨ ਹੋਈ ਜਾਂਦਾ ਜੀ ਇਹਦੇ ਨਾਲ ਮੂੰਹ ਕਰਨਾ ਇਹ ਚੀਜ਼ ਦਾ ਆਪਾਂ ਨੂੰ ਪਹਿਲਾਂ ਤਾਂ ਸਰਕਾਰੀ ਮਹਿਕਮੇ ਵਾਲੇ ਆਉਂਦੇ ਆ ਜੇ ਉਹਨਾਂ ਤੋਂ ਨਹੀਂ 6 ਮਹੀਨਿਆਂ ਬਾਅਦ ਆਇਆ ਜਾਂਦਾ ਤਾਂ ਇਹ ਜਿਵੇਂ ਵੀਰ ਕਹਿੰਦਾ ਵੀ ਅਸੀਂ ਕਿਤੇ ਕਿਤੇ ਪਹੁੰਚ ਕਰਦੇ ਆ ਸਾਡੇ ਨਾਲ ਵੀ ਕੰਟੈਕਟ ਕਰਦੇ ਆ ਇਹ ਤੇ ਵੀ ਸਾਡੇ ਜਦੋਂ ਸਾਡੇ ਕੋਲੇ ਆਈ ਹੁੰਦੀ ਆ ਉਦੋਂ ਲੈ ਲੈਂਦੇ ਆ ਜੇ ਨਾ ਮਿਲੇ ਸਾਤੋਂ ਤਾਂ ਫਿਰ ਇਹ ਕਿਸੇ ਫਰਮ ਵਾਲਿਆਂ ਨਾਲ ਗੱਲ ਕਰਕੇ ਜਿਹੜੀ ਕੰਪਨੀ ਦੀ ਆਉਂਦੀ ਆ ਤੁਸੀਂ ਨੈੱਟ 'ਤੇ ਉਹਦਾ ਐਡਰੈਸ ਕੱਢ ਸਕਦੇ ਹੋ ਉੱਥੋਂ ਉਹਨਾਂ ਨਾਲ ਗੱਲ ਕਰਕੇ ਮੰਗਵਾ ਸਕਦੇ ਹੋ ਵੈਕਸੀਨ ਵੈਕਸੀਨ ਲਾਉਣੀ ਜ਼ਰੂਰੀ ਆ ਜਿਹੜੀ ਇਹ ਕਹਿ ਦਿੰਦੇ ਆ ਡਰ ਪਾਇਆ ਹੋਇਆ ਵੀ ਬੱਚਾ ਸਿੱਟ ਜਾਂਦੀ ਆ ਜਾਂ ਹੋਰ ਗੱਲ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਵੈਕਸੀਨ ਲਾਉਣ ਨਾਲ ਇਹ ਗੱਲ ਤਾਂ ਕਿਉਂ ਮੈਂ ਹਰ ਸਾਲ ਲਾਉਣਾਗਾ ਤੂੰ ਵੀ ਲਾਈ ਆਪਦੇ ਐਨੀਮਲਾਂ ਦੇ ਕਿਤੇ ਪ੍ਰੋਬਲਮ ਆਈ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਇਹਦੇ ਸਾਰੇ ਐਨੀਮਲ ਗੱਭਣ ਸੀ ਕਿੰਨੇ ਦਿਨ ਪਹਿਲਾਂ ਲਾਈ ਹੈ ਵੈਕਸੀਨ ਵੀਰੇ ਅੱਜ 20 ਦਿਨ ਹੋ ਗਏ ਜੀ ਅੱਜ 20 25 ਦੀ ਕਿਉਂ 15 ਦਿਨਾਂ ਬਾਅਦ ਹੀ ਵੈਕਸੀਨ ਵਾਲੇ ਫਾਰਮ ਤੇ ਜਾਇਆ ਜਾਂਦਾ 15 ਅੱਜ 20 ਦਿਨ ਹੋ ਗਏ ਇਹਨਾਂ ਦੇ ਫਾਰਮ ਤੇ ਵੈਕਸੀਨ ਲੱਗੀ ਨੂੰ ਇੱਕ ਵੀ ਐਨੀਮਲ ਨੂੰ ਇਹ ਸਾਰੇ ਐਨੀਮਲ ਗੱਭਣ ਹੋਣ ਦੇ ਬਾਵਜੂਦ ਇੱਕ ਵੀ ਐਨੀਮਲ ਨੂੰ ਕੋਈ ਬੱਚਾ ਸਿੱਟਣ ਦੀ ਜਾਂ ਕੋਈ ਪ੍ਰੋਬਲਮ ਨਹੀਂ ਆਏਗੀ ਵੈਕਸੀਨ ਲਾਉਣੀ ਬਹੁਤ ਜ਼ਰੂਰੀ ਹੈ ਲਾਓ ਵਧੀਆ ਪਤਾ ਕੀ ਕਾਰਨ ਹੁੰਦਾ ਕਈ ਵਾਰ ਪਸ਼ੂ ਡਰ ਜਾਂਦੇ ਆ ਜਦੋਂ ਮਹਿਕਮੇ ਵਾਲੇ ਜਾਂ ਕੋਈ ਹੋਰ ਆਉਂਦੇ ਆ ਇੱਕ ਹੀ ਲਖਤ ਘਰੇ ਵੜ ਜਾਂਦੇ ਆ 3-4 ਜਾਣੇ ਡਾਕਟਰ ਆ ਫਿਰ ਪਸ਼ੂ ਡਰ ਕੇ ਘਬਰਾ ਕੇ ਕਈ ਵਾਰ ਕੋਈ ਬੱਚਾ ਬੁੱਚਾ ਸਿੱਟਣ ਦੀ ਕੋਈ ਪ੍ਰੋਬਲਮ ਆ ਜੇ ਪਰ ਨਹੀਂ ਇਹੋ ਜਿਹਾ ਕੋਈ ਹੈ ਨਹੀਂ ਇਹਦੇ ਵਿੱਚ ਤੇ ਬਾਕੀ ਵੀਰ ਬਰਸੂਲਾ ਵਗੈਰਾ ਦੀ ਬਰਸੂਲਾ ਉਹ ਵੀ ਜ਼ਰੂਰੀ ਹੈ ਜੀ ਉਨੀ ਜ਼ਰੂਰੀ ਉਹ ਆ ਕਿਉਂਕਿ ਇਹ ਨਾਮਰਾਦ ਬਿਮਾਰੀ ਇਹੋ ਜਿਹੀ ਜਿਹੜੀ ਆਪਣੇ ਪਿੰਡਾਂ 'ਚ ਬਾਹਲੀ ਆ ਹੁਣ ਆਪਾਂ ਪਹਿਲਾਂ ਮੈਂ ਗਾਈਆਂ ਜਦੋਂ ਉੱਥੋਂ ਨੁਕਸਾਨ ਪਿਆ 17 ਚਿਰ ਤੇ ਉਹ ਅਸੀਂ ਨੁਕਸਾਨ ਪਿਆ ਜੀ 5-6 ਗਾਈਆਂ ਜਿਹੜੀਆਂ ਮੰਨ ਲਓ ਕੱਢਣ ਵਾਲੀਆਂ ਨੇ ਸੀ ਉਹ ਕੱਢਣੀਆਂ ਪਈਆਂ ਤੇ ਉਹ ਲਾਜ਼ਮੀ ਲਵਾਇਆ ਕਰੋ ਉਸ ਤੋਂ ਬਾਅਦ ਤਾਂ ਮੈਂ ਰੈਗੂਲਰੀ ਫਿਰ ਪੱਕਾ ਹੀ ਇਹ ਜਿਹੜੀ ਤੁਸੀਂ ਮਸ਼ੀਨ ਲਈ ਹੈ ਨੈਸਲੇ ਥਰੂ ਲਈ ਹੈ ਨਾ ਇਹ ਉਹ ਲੈਤੀ ਸੀਗੀ ਜੀ ਕਿੰਨੇ ਦੀ ਪਈ ਤੁਹਾਨੂੰ ਇਹ ਜੀ ਇਹ ਮੈਨੂੰ 40 ਦੀ ਪਈ ਸੀਗੀ ਇਹ ਵੀਰ ਨੇ ਮਸ਼ੀਨ ਲਈ ਹੈ ਜਿਹੜੀ ਇਸ ਸਾਲ ਲਈ ਹੈ 40,000 ਦੀ ਪਈ ਹੈ ਬੈਂਸਨ ਦੀ ਹੈ ਜੀ ਇਹ ਬੈਂਸਨ ਕੰਪਨੀ ਦੀ ਆ ਬਾਕੀ ਨੈਸਲੇ ਵੀ ਸਪਲਾਈ ਕਰਦਾਗਾ ਜਦੋਂ ਉਹਨਾਂ ਕੋਲੇ ਆਈਆਂ ਹੁੰਦੀਆਂ ਪਰ ਐ ਨਹੀਂ ਉਹ ਡਬਲ ਦਿੰਦੇ ਆ ਜੀ ਉਹ ਅੱਛਾ ਡਬਲ ਢੋਲ ਵਾਲੀ ਦਿੰਦੇ ਆ ਇਹ ਸਿੰਗਲ ਡਰਮ ਵਾਲੀ ਉਹ ਡਬਲ ਡਰਮ ਵਾਲੀ ਦਿੰਦੇ ਆ ਬਾਕੀ ਘਰ ਦੇ ਸਾਰੇ ਮੈਂਬਰ ਆ ਇਹਦੇ ਫਾਦਰ ਸਾਹਿਬ ਇਹਦੇ ਨਾਲ ਕੰਮ ਕਰਦੇ ਆ ਹੋਰ ਮੈਂਬਰ ਵੀ ਘਰ ਦੇ ਕੰਮ ਕਰਦੇ ਨਾਲ ਕੋਈ ਬੰਦਾ ਨਹੀਂ ਰੱਖਿਆ ਇਹਨਾਂ ਨੇ ਕੋਈ ਲੇਬਰ ਵਾਲਾ ਕੋਈ ਬੰਦਾ ਤਾਂ ਨਹੀਂ ਰੱਖਿਆ ਕੰਮ ਤੇ ਬੰਦਾ ਨਹੀਂ ਰੱਖਿਆ ਕੋਈ ਬੰਦਾ ਨਹੀਂ ਆਪ ਕੰਮ ਕਰਦੇ ਆ ਨਾ ਜੇ ਕਿਉਂ ਦੁਪਹਿਰੇ ਕੰਮ ਹੁੰਦਾ ਜਦੋਂ ਇਹਨਾਂ ਨੂੰ ਕੱਖ ਪੱਠੇ ਪਾਉਣੇ ਆ 3-4 ਵਜੇ ਉਸ ਤੋਂ ਪਹਿਲਾਂ 10 ਵਜੇ ਤੋਂ ਲੈ ਕੇ ਮੇਰੇ ਹਿਸਾਬ ਨਾਲ 2 ਵਜੇ ਤੱਕ ਤਾਂ ਜਮਾ ਫ੍ਰੀ ਹੁੰਨੇ ਹੋ ਹਾਂ ਉਹ ਤਾਂ ਫ੍ਰੀ ਹੁੰਨੇ ਜੀ 2-2 ਘੰਟੇ ਤੜਕੇ ਆਪਣੇ ਕੰਮ ਆਪਾਂ ਕਹਿ ਦਿੰਦੇ ਨੇ ਡੈਰੀ ਵਾਲਾ ਬੰਦਾ ਨਹੀਂ ਫ੍ਰੀ ਹੁੰਦਾ ਡੈਰੀ ਵਾਲਾ ਬੰਦਾ ਵੀ ਫ੍ਰੀ ਹੁੰਦਾਗਾ ਜੇ ਇਹ ਬਾਹਰ ਅੰਦਰ ਰਿਸ਼ਤੇਦਾਰੀ ਜਾਵੜਦਾ ਇਹਦੇ ਡੈਡੀ ਹੈਗੇ ਮਦਰ ਹੈਗੇ ਇਹਦੇ ਸਿਸਟਰਾਂ ਜੋ ਵੀ ਆ ਘਰੇ ਫੈਮਿਲੀ ਵਾਲੇ ਕੰਮ ਕਰ ਲੈਂਦੇ ਆ ਕੋਈ ਐਡੀ ਗੱਲ ਨਹੀਂ ਸਾਰਿਆਂ ਨੂੰ ਚੁਆਈ ਕਰਨੀ ਹੁੰਦੀ ਸਾਰਾ ਕੰਮ ਆਉਂਦਾਗਾ ਕੋਈ ਇਹ ਨਾ ਸੋਚੋ ਲੈ ਵੀ ਕੰਮ 'ਚ ਬੰਦਾ ਜਾ ਕੇ ਜ਼ਿਆਦਾ ਬਿਜ਼ੀ ਰਹਿੰਦਾ ਜ਼ਿਆਦਾ ਔਖਾ ਹੁੰਦਾਗਾ ਕੋਈ ਐਡਾ ਔਖਾਈ ਵਾਲਾ ਕੰਮ ਤੈਨੂੰ ਕੋਈ ਔਖਾਈ ਵਾਲਾ ਕੰਮ ਲੱਗਦਾ ਇਹ ਨਹੀਂ ਔਖਾਈ ਵਾਲਾ ਨਹੀਂ ਸਮਝੀ ਇਹ ਤੇ ਇੰਟਰਸਟ ਵੱਧ ਬਣਾ ਰਹਿੰਦਾ ਜੀ ਇਹ ਜਦੋਂ ਸਮਝ ਆਇਆ ਵੀ ਅੱਜ ਦੁੱਧ ਜੇ ਆਪਾਂ ਤੋਲਦੇ ਰਹਿੰਦੇ ਆ ਦੁੱਧ ਨੂੰ ਉਹਦੇ ਨਾਲ ਇੰਟਰਸਟ ਵੱਧਦਾ ਹੀ ਸਮਝ ਦੁੱਧ ਵੀ ਜੇ ਆਪਾਂ ਖੇਤੀ ਦੇ ਨਾਲ ਇਹ ਕੰਮ ਕਰਦੇ ਆ ਤੈਨੂੰ ਕਿਵੇਂ ਲੱਗਦਾ ਵੀ ਖੇਤੀ ਨਾਲ ਸਭ ਤੋਂ ਕਾਮਯਾਬ ਕੰਮ ਹੈ ਕਿ ਨਹੀਂ ਸਾਰਿਆਂ ਨੂੰ ਨੇੜੇ ਕੰਮ ਆ ਜੀ ਸਭ ਦੇ ਘਰੇ ਇੱਕ ਦੋ ਦੋ ਪਸ਼ੂ ਆ ਤੁਹਾਡੀ ਬਰੀਡ ਸੁਧਾਰ ਕੇ ਆਉਂਦਰ ਵੀ ਲੈਤੀ ਜਾਂਦੀ ਹੈ ਤੋਂ ਥੋੜਾ ਜਿਹਾ ਫਰਕ ਪੈਂਦਾ ਮੱਝਾਂ 'ਚ ਵੀ ਇੱਕ ਗੱਲ ਤਾਂ ਹੈ ਜੇ ਆਪਾਂ ਇੱਕ ਐਨੀਮਲ ਰੱਖਦੇ ਆ ਆਪਣੇ ਘਰੇ ਫਿਰ ਬਾਹਲੀ ਆਮਦਨ ਨਹੀਂ ਲਈ ਜਾਂਦੀ ਇਹ ਗੱਲ ਤਾਂ ਮੰਨਣ ਵਾਲੀ ਇੱਕ ਐਨੀਮਲ ਦਾ ਆਪਾਂ ਡਰਾਈ ਵੀ ਹੋ ਜਾਂਦੀ ਹੈ ਕਿ ਉਹ ਘਰੇ ਵੀ ਦੁੱਧ ਰੱਖਿਆ ਜਾਂਦਾਗਾ ਫਿਰ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਉਹਦੇ ਖਰਚਾ ਕਰੀ ਜਾਂਦੇ ਹਾਂ ਇੱਕ ਐਨੀਮਲ ਦਾ ਕਈ ਵਾਰ ਕੋਈ ਬਾਏ ਰੱਬ ਨਾ ਕਰੇ ਕੋਈ ਬੁਖਾਰ ਚੜ ਗਿਆ ਕੋਈ ਗੱਲਬਾਤ ਹੋ ਗਈ ਲਾਸ ਹੋ ਗਿਆ ਉਹ ਵੱਡੀ ਪ੍ਰੋਬਲਮ ਆ ਜਾਂਦੀ ਹੈ ਮੈਂ ਕਹਿੰਦਾ 4-5 ਐਨੀਮਲ ਤੋਂ ਕੰਮ ਸ਼ੁਰੂ ਕਰੋ 4-5 ਹੋਣੇ ਚਾਹੀਦੇ ਆ ਹਰੇਕ ਫਾਰਮ ਦੇ ਉੱਤੇ ਐਨੀਮਲ ਉੱਥੋਂ ਕੰਮ ਸ਼ੁਰੂ ਕਰ ਜਾਂਦਾ ਨਾ ਇਹਦਾ ਪੇਮੈਂਟ ਵੱਧ ਹੁੰਦੀ ਆ ਬੰਦੇ ਦਾ ਇੰਟਰਸਟ ਬਣਿਆ ਰਹਿੰਦਾ ਹੈਗਾ ਬਾਕੀ ਜੇ ਤੁਸੀਂ ਉੱਥੇ ਸੇਲ ਕਰੋ ਜਿੱਥੇ ਤੁਹਾਨੂੰ ਰੇਟ ਵੱਧ ਮਿਲਦਾ ਹੈਗਾ ਇਹ ਹੁਣ ਨੈਸਲੇ ਦੀ ਏਜੰਸੀ ਆ ਇਹ ਨੈਸਲੇ ਵਾਲੇ ਰੇਟ ਵੱਧ ਦਿੰਦੇ ਆ ਤਾਂ ਹੀ ਤਾਂ ਲੋਕ ਇਹਨਾਂ ਕੋਲੇ ਆ ਕੇ ਦੁੱਧ ਪਾਉਂਦੇ ਆ ਇੱਕ ਸਾਫ ਸੁਥਰਾ ਵਾਲਾ ਹੀ ਨੇ ਇੱਕ ਹਾਂ 15 ਦਿਨਾਂ ਤੋਂ ਇਹਨਾਂ ਨੇ ਪੇਮੈਂਟ ਆਉਣੀ ਆਉਣੀ ਕੋਈ ਐ ਨਹੀਂ ਜਾਂ ਵੀ ਕੋਈ ਆਪਣਾ ਦੁੱਧ ਦਾ ਵੀ ਮੰਨ ਲਓ ਵੀ ਕਿਲੋ ਚ ਲੈਂਦੇ ਆ ਬਾਕੀ ਕੋਈ ਲੀਟਰ ਆ ਜਿਹੜੇ ਦੁੱਧ ਹੀ ਆਮ ਚੱਕੀ ਜਾਂਦੇ ਲੀਟਰਾਂ 'ਚ ਕਿਲੋ ਛੋਟਾ ਹੁੰਦਾ ਅਤੇ ਲੀਟਰ ਵੱਡਾ ਹੁੰਦਾ ਜੀ ਇਹਦੇ 'ਚ ਫਿਰ ਥੋੜ੍ਹਾ ਥੋੜ੍ਹਾ ਕਰੀ ਜਾਂਦੇ ਇਹਨਾਂ ਦੀ ਮਸ਼ੀਨ ਸਹੀ ਹੋ ਜਿੰਨੀ ਅਸੀਂ ਫੈਂਟ ਲਾ ਕੇ ਉੱਥੇ ਤੋਰਤੀ ਉੱਨੀ ਨਾ ਦੇਵਾਂ ਬਾਕੀ ਜੇ ਜਿਵੇਂ ਹੋਰ ਕੋਈ ਆ ਕੋਈ ਫੈਂਟ ਇੱਕ ਫੈਂਟ ਮਾਰਦਾ ਕਿਤੇ 2 ਮਾਰਤੇ ਜਾਂ ਕਿਤੇ 1 ਮਾਰਤੇ ਜੇ ਅਸੀਂ ਮਾਰ ਵੀ ਦਿੰਦੇ ਫੈਂਟ ਸਾਨੂੰ ਤਾਂ ਕੋਈ ਪ੍ਰੋਫਿਟ ਨਹੀਂ ਉਹਦਾ ਠੀਕ ਹੈ ਜਿੰਨੀ ਫੈਂਟ ਆਉ ਉੱਨੀ ਜਾਂਦੇ ਸਿੱਧੀ ਮੰਗਵਾਉਣਾ ਤੁਹਾਨੂੰ ਪੇਮੈਂਟ ਉੱਨੀ ਆਉਣੀ ਆ ਕਿਉਂ ਜਿੰਨਾ ਤੁਸੀਂ ਆਉਣੀ ਆ ਆਇਆਂ ਲਈ ਵੀ ਜਿਹੇ ਜਿਹਾ ਦੁੱਧ ਇਹ ਇੱਥੋਂ ਭੇਜਣਗੇ ਉਹਦੇ ਅਕੋਰਡਿੰਗਲੀ ਜੇ ਕੋਈ ਟੀਕਾ ਲਾ ਕੇ ਆਉਂਦਾ ਨੈਸਲੇ ਦੀ ਦੁੱਧ ਪਾਉਣਾ ਜੇ ਕਿਸੇ ਦੇ ਗਾਂ ਦੇ ਆਪਾਂ ਐਂਟੀਬਾਇਓਟਿਕ ਲਾਤਾ ਟੀਕਾ ਤਾਂ ਉਹ ਉਸ ਦਿਨ ਉਹ ਘਰੇ ਪਾਲੇ ਜੇ 5-7 ਦਿਨ ਪਾਉਣਾ ਦੁੱਧ ਬੱਚਿਆਂ ਨੂੰ ਪਿਆਦੇ ਉਹ ਬਾਅਦ ਹਾਂ ਉਹਦੇ ਉਹਦੀ ਕੁਆਲਿਟੀ ਲੈਂਦੀ
ਤਾਂ ਚੰਗਾ ਹੁਣ ਇੱਥੇ ਡੁਪਲੀਕੇਟ ਦੁੱਧ ਬਹੁਤ ਬਣਦਾ ਗਾ ਆਪਣੇ ਨਾਲ ਤਾਂ ਜੇ ਉਹ ਬੈਨ ਹੋ ਜੇ ਤਾਂ ਅੱਜ 50 ਰੁਪਏ ਦੇ ਉੱਤੇ ਜਾਵੜੇ ਦੁੱਧ ਬਿਲਕੁਲ ਜੀ ਇੰਨਾ ਜ਼ਿਆਦਾ ਡੁਪਲੀਕੇਟ ਦੁੱਧ ਤਿਆਰ ਹੋ ਰਿਹਾ ਜੇ ਆਪਾਂ ਪਿਛਲੇ 1-2 ਸਾਲ ਪਹਿਲਾਂ PDF ਨੇ ਕਈ ਫੜਾਏ ਵੀ ਹੈ ਬਾ ਕੋਈ ਕਾਰਵਾਈ ਨਹੀਂ ਹੁੰਦੀ ਵਿੱਚ ਹੀ ਗੱਲ ਰਹਿ ਜਾਂਦੀਆਂ ਗੱਲਾਂ ਚਲੋ ਆਓ ਹੁਣ ਇਹਨਾਂ ਦਾ ਸਾਈਲੇਜ ਦਿਖਾਉਂਦੇ ਹਾਂ ਜਾਂ ਸਾਈਲੇਜ ਦੇਖਦੇ ਵੀਰੇ ਹਾਂਜੀ ਵੀਰ ਜੀ ਇਹ ਵੀਡੀਓ ਬਹੁਤ ਲੰਮੀ ਬਣ ਗਈ ਸੀ 1.5 ਘੰਟੇ ਦੀ ਅਤੇ ਮੇਰੇ ਫੋਨ 'ਤੇ ਡਾਊਨਲੋਡ ਕਰਨ 'ਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਇਸ ਲਈ ਹੁਣ ਮੈਂ 15-20 ਮਿੰਟਾਂ ਦੀ ਇਹ 2 ਪਾਰਟ ਕਰਤੇ ਇਹਦੇ ਅੱਜ 1 ਪਾਰਟ ਪਾਊਂਗਾ 1 ਪਾਰਟ ਮੈਂ ਨੈਕਸਟ ਡੇ ਪਾ ਦਿਆਂਗਾ ਤਾਂ ਕਰਕੇ ਵੀਡੀਓ ਸਾਰੇ ਜਾਣੇ ਦੇਖਣਾ ਵੀਰ ਬਹੁਤ ਵਧੀਆ ਵੀਡੀਓ ਬਣੀ ਉਹਦੇ ਫਾਰਮ 'ਤੇ ਵਧੀਆ ਕੰਮ ਦੀਆਂ ਗੱਲਾਂ ਦੱਸੀਆਂ ਗਈਆਂ ਅਤੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਅਤੇ ਲਾਈਕ ਕਰਨਾ ਅਤੇ ਇਹ ਵੀਡੀਓ ਦਾ 1 ਪਾਰਟ ਅੱਜ ਆਏਗਾ 1 ਕੱਲ੍ਹ ਨੂੰ ਆਏਗਾ ਧੰਨਵਾਦ